ਵਾਇਰਸ ਦੇ ਮੱਦੇਨਜ਼ਰ ਦੇਸ਼ ਭਰ ਵਿੱਚ ਤਾਲਾਬੰਦੀ ਦੌਰਾਨ ਤਲਵੰਡੀ ਸਾਬੋ ਦੇ ਪਿੰਡਾਂ 'ਚ ਗਰੀਬਾਂ ਦੀ ਮਦਦ ਲਈ ਪਿੰਡਾਂ ਦੇ ਸਰਪੰਚ, ਪੰਚ ਅਤੇ ਮੋਹਤਵਰ ਅੱਗੇ ਆਏ ਹਨ ਅਤੇ ਉਹ ਕਮਾਈ ਖੁਸ਼ਣ ਵਾਲੇ ਲੋਕਾਂ ਦੀ ਮੁਸ਼ਕਲ ਹੱਲ ਕਰਨ ਦੇ ਲਈ ਪਿੰਡ ਤੰਗਰਾਲੀ ਸਮੇਤ ਕਈ ਪਿੰਡਾਂ ਵਿੱਚ ਰਾਸ਼ਨ ਵੰਡਿਆ ਗਿਆ। ਇਸ ਸੰਬੰਧੀ ਦਿਖਾਉਣੇ ਆ ਸਾਨੂੰ, ਤੁਹਾਨੂੰ ਸਾਡੇ ਚੈਨਲ ਦੀ ਵਿਸ਼ੇਸ਼ ਰਿਪੋਰਟ ਦੇਖੋ। ਮੈਂ ਗੁਰਪ੍ਰੀਤ ਸਿੰਘ, ਗ੍ਰਾਮ ਪੰਚਾਇਤ ਪਿੰਡ ਤੰਗਰਾਲੀ ਤਹਿਤ ਸ਼੍ਰੀ ਤਲਵੰਡੀ ਸਾਬੋ ਜ਼ਿਲ੍ਹਾ ਬਠਿੰਡਾ ਤੋਂ ਬੋਲਦਾ ਜੀ। ਅੱਜ ਅਸੀਂ ਸਾਰੇ ਨਗਰ ਵਾਸੀਆਂ ਨੂੰ, ਪੰਜਾਬ ਦੇਸ਼ ਵਾਸੀਆਂ ਨੂੰ ਬੇਨਤੀ ਕਰਦੇ ਹਾਂ, ਕਰੋਨਾ ਵਾਇਰਸ ਦੀ ਬਿਮਾਰੀ ਤੋਂ ਬਚਣ ਲਈ ਆਪਣੇ ਆਪਣੇ ਘਰਾਂ 'ਚ ਰਹੋ, ਆਪਣੇ ਆਪ ਨੂੰ ਸੈਨੀਟਾਈਜ਼ ਕਰੋ। ਦੂਸਰਾ, ਪ੍ਰਸ਼ਾਸਨ ਦੀ ਮਦਦ ਕਰੋ। ਅੱਜ ਅਸੀਂ, ਮੈਂ ਆਪਣੇ ਵੱਡੇ ਭਰਾ ਅਮਰੀਕ ਸਿੰਘ ਲਾਲੀ ਸਰਪੰਚ ਤੰਗਰਾਲੀ ਅਤੇ ਛੋਟੇ ਵੀਰ ਗਗਨ ਡਾਕਟਰ ਦੀ ਮਦਦ ਦੇ ਨਾਲ ਪਿੰਡ ਦੇ ਲੋਕਾਂ, ਲੋੜਵੰਦ ਲੋਕਾਂ ਨੂੰ ਜਿੰਨੀ ਕੁ ਸਾਡੀ ਔਕਾਤ ਸੀਗੀ, ਤਕਰੀਬਨ 45 ਤੋਂ ਲੈ ਕੇ 55 ਪਰਿਵਾਰਾਂ ਨੂੰ ਅਸੀਂ ਰਾਸ਼ਨ ਮੁਹੱਈਆ ਕਰਵਾਇਆ ਗਾ। ਅਤੇ ਹੋਰ ਸਰਪੰਚਾਂ ਨੂੰ ਵੀ ਸਾਡੀ ਬੇਨਤੀ ਹੈ ਵੀ ਅੱਗੇ ਆਓ, ਆਪਾਂ ਇਸ ਬਿਮਾਰੀ ਨਾਲ ਲੜੀਏ ਅਤੇ ਆਪਣੇ ਨਗਰ ਵਾਸੀਆਂ ਦੀ ਮਦਦ ਕਰਕੇ ਜੋ ਵੀ ਦਿੱਕਤ ਆਉਂਦੀ ਹੈਗੀ ਪ੍ਰਸ਼ਾਸਨ ਨੂੰ ਦੱਸੀਏ। ਦੂਜਾ, ਮੈਂ ਮੀਡੀਆ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਇਸ ਕੰਮ ਲਈ ਪ੍ਰੇਰਿਤ ਕੀਤਾ, ਜਿਨ੍ਹਾਂ ਨੇ ਸਾਨੂੰ ਉਤਸ਼ਾਹਿਤ ਕੀਤਾ। ਉੱਧਰ ਪਿੰਡਾਂ ਦੇ ਮੋਹਤਵਰਾਂ ਅਤੇ ਰਾਸ਼ਨ ਲੈਣ ਵਾਲੇ ਲੋਕਾਂ ਨੇ ਦਾਨੀ ਸੱਜਣਾਂ ਦਾ ਧੰਨਵਾਦ ਕਰਦਿਆਂ ਕੀ ਕਿਹਾ ਉਹ ਵੀ ਤੁਹਾਨੂੰ ਸੁਣਾ ਦਿੰਦੇ ਹਾਂ, ਸੁਣੋ। ਇੰਦਰ ਸਿੰਘ ਆ ਜੀ, ਪਿੰਡ ਬਹਿਮਣ ਕੌਰ ਸਿੰਘ ਜੀ ਤੋਂ ਜੀ। ਸਮਾਜ ਸੇਵੀ ਸੰਸਥਾ ਵੱਲੋਂ ਪਿੰਡ ਦੇ ਵਿੱਚ ਲੋੜਵੰਦਾਂ ਨੂੰ ਰਾਸ਼ਨ ਵੰਡਿਆ ਜਾ ਰਿਹਾ ਜੀ। ਬਹੁਤ ਹੀ ਸ਼ਲਾਘਾਯੋਗ ਕਦਮ ਆ ਜੀ ਇਹਨਾਂ ਦਾ, ਭਰਾਵਾਂ ਦਾ। ਇਸੇ ਤਰ੍ਹਾਂ ਹੋਰ ਵੀ ਸਮਾਜ ਸੇਵੀ ਸੰਸਥਾਵਾਂ ਜੀ ਬਹੁਤ ਸ਼ਲਾਘਾਯੋਗ ਕੰਮ ਕਰ ਰਹੀਆਂ, ਜਿਹੜੇ ਅਤਿ ਲੋੜਵੰਦ ਗਰੀਬਾਂ ਨੂੰ ਰਾਸ਼ਨ ਵੰਡ ਰਹੀਆਂ ਜੀ। ਅੱਗੇ ਤੋਂ ਵੀ ਇਹ ਮਤਲਬ ਸੰਸਥਾ ਜੀ ਹੋਰ ਬਹੁਤ ਸ਼ਲਾਘਾਯੋਗ ਕੰਮ ਕਰ ਦਾਨੀਆਂ ਨੂੰ ਵੀ ਅਪੀਲ ਕਰਨਾ ਚਾਹੁੰਦਾ। ਹਾਂਜੀ, ਹੋਰ ਦਾਨੀਆਂ ਨੂੰ ਵੀ ਅਪੀਲ ਕਰਨਾ ਚਾਹੁੰਦਾ ਜੀ, ਪਿੰਡਾਂ ਦੇ ਵਿੱਚ ਜਿਹੜੇ ਅਤਿ ਲੋੜਵੰਦ ਵਰਗ ਹੈਗਾ ਉਹਨਾਂ ਨੂੰ ਹੋਰ ਵੀ ਮਤਲਬ ਸਮਾਜ ਸੇਵੀ ਸੰਸਥਾਵਾਂ ਮਤਲਬ ਗਰੀਬਾਂ ਨੂੰ ਰਾਸ਼ਨ ਵੰਡਣ ਜੀ। ਮਹਾਮਾਰੀ 'ਤੇ ਚੱਲਦੇ ਹੋਏ ਜਿੱਥੇ ਸਾਰੇ ਸੰਸਾਰ ਦੇ ਵਿੱਚ ਲੋਕ ਮੁਸੀਬਤ ਦਾ ਸਾਹਮਣਾ ਕਰ ਰਹੇ ਨੇ, ਉੱਥੇ ਪੰਜਾਬ ਦੇ ਵਿੱਚ ਵੀ ਕਰਫਿਊ ਦੇ ਦੌਰਾਨ ਲੋਕਾਂ ਨੂੰ ਜਿਹੜੀਆਂ ਦੁੱਖ ਤਕਲੀਫਾਂ ਆਈਆਂ, ਉੱਥੇ ਪਿਛਲੇ ਦਿਨੀਂ ਮੀਡੀਆ ਦੇ ਵਿੱਚ ਆਏ ਸੀ, ਪੁਲਿਸ ਕਰਮੀ ਵੀ ਲੋਕਾਂ ਨੂੰ ਕੁੱਟ ਕੁੱਟ ਕੇ ਅੰਦਰ ਵੜ ਰਹੇ ਸੀ। ਪਰ ਹੁਣ ਹਾਲਾਤ ਬਦਲ ਗਏ ਨੇ, ਪੁਲਿਸ ਮੁਲਾਜ਼ਮਾਂ ਨੇ ਜਿਹੜੇ ਉਹ ਸਮਾਜ ਸੇਵੀ ਸੰਸਥਾਵਾਂ ਦੇ ਨਾਲ ਮਿਲ ਕੇ ਪਿੰਡਾਂ ਦੇ ਵਿੱਚ ਰਾਸ਼ਨ ਵੰਡਾ ਰਹੇ ਨੇ। ਇੱਥੇ ਪਿੰਡ ਤਲਵੰਡੀ ਸਾਬੋ ਦੀ ਜਗ੍ਹਾ ਗੱਲ ਕਰੀਏ, ਨਥੇਹੇ ਪਿੰਡ ਦੇ ਵਿੱਚ ਸਮਾਜ ਸੇਵੀ ਸੰਸਥਾ ਇੱਕ ਸਾਹਮਣੇ ਆਈ ਹੈ ਜੋ ਖਾਣਾ ਜਿਹੜਾ ਗਰੀਬ ਰਾਸ਼ਨ ਨੂੰ ਲੋੜਵੰਦਾਂ ਨੂੰ ਦੇ ਰਹੀ ਹੈ। ਮੇਰੇ ਨਾਲ ਪੁਲਿਸ ਮੁਲਾਜ਼ਮ ਮੌਜੂਦ ਨੇ, ਆਪਾਂ ਇਹਨਾਂ ਨਾਲ ਗੱਲ ਕਰਦੇ ਹਾਂ, ਕੀ ਕਹਿਣਾ ਚਾਹੁੰਦੇ ਇਹ? ਹਾਂਜੀ, ਕੀ ਨਾਮ ਜੀ? ਮੇਰਾ ਨਾਮ ਬੂਟਾ ਸਿੰਘ ਹੈ, ਪਿੰਡ ਅਸੀਂ ਸਿੰਘੋ ਚੌਂਕੀ ਤੋਂ ਹਾਂ ਅਤੇ ਠਾਣਾ ਪੈਂਦਾ ਸਾਨੂੰ ਤਲਵੰਡੀ ਸਾਬੋ। ਅਸੀਂ ਇਹ ਗਰੀਬ ਜਨ ਲੋੜਵੰਦਾਂ ਨੂੰ ਇਹ ਕਰੋਨਾ ਵਾਇਰਸ ਤੋਂ ਇਹਨਾਂ ਨੂੰ ਰਾਸ਼ਨ ਵੰਡ ਰਹੇ ਹਾਂ। ਸਕੂਲ ਹੈ ਜੀ ਇਹ ਲੈ ਕੇ ਅਤੇ ਇਹ ਗਰੀਬਾਂ ਨੂੰ ਰਾਸ਼ਨ ਵੰਡ ਰਹੇ ਹੈ ਜੀ, ਅਸੀਂ ਨਾਲ ਇਹਨਾਂ ਦੀ ਹੈਲਪ ਕਰ ਰਹੇ ਹਾਂ ਜੀ। ਹਾਂ, ਪਹਿਲਾਂ ਕਿਤੇ ਨਾ ਕਿਤੇ ਪੁਲਿਸ ਮੁਲਾਜ਼ਮ ਕੁੱਟ ਰਹੇ ਸੀ ਅਤੇ ਹੁਣ ਜਿਹੜੇ ਮਤਲਬ ਕੁੱਟਿਆ ਤਾਂ ਨਹੀਂ, ਉਹ ਵੈਸੇ ਤਾਂ ਲੋਕਾਂ ਨੂੰ ਸਮਝਾਉਣੇ ਬੜੇ ਪਿਆਰ ਨਾਲ ਸਮਝਾ ਰਹੇ ਹਾਂ, ਪਰ ਥੋੜ੍ਹੀ ਥੋੜ੍ਹੀ ਮੰਡੀਰ ਆ ਜੇ ਕੋਈ ਪਾਸੇ ਉਹ ਰੌਲ ਪਾਉਂਦੀ ਸੀ ਉਹਨਾਂ ਮਗਰ ਮੜ ਕਰਨਾ ਪੈਂਦਾ, ਉਹ ਪਿਆਰ ਨਾਲ ਦਵੱਲੇ ਆ ਉਹ, ਕੋਈ ਇਹੀ ਗੱਲ ਨਹੀਂ, ਕਿਸੇ ਨੂੰ ਕਿਸੇ ਮਾਰਿਆ ਨਹੀਂ, ਕਰਿਆ ਨਹੀਂ, ਅਸੀਂ ਲੋਕਾਂ ਨੂੰ ਤੁਹਾਡੇ ਸਾਹਮਣੇ ਆ ਖਾਲੀ ਹੱਥ ਖੜੇ ਹਾਂ। ਅਤੇ ਜੇ ਆਪਾਂ ਗੱਲ ਕਰੀਏ ਹੁਣ ਕਿਵੇਂ ਆ ਪਿੰਡਾਂ 'ਚ ਸਥਿਤੀ? ਹੁਣ ਪਿੰਡਾਂ 'ਚ ਸਥਿਤੀ ਬਹੁਤ ਠੀਕ ਆ, ਅੱਗੇ ਨਾਲੋਂ ਬਹੁਤ ਲੋਕ ਸਮਝਦਾਰ ਆ, ਆਪੋ ਆਪਦੇ ਘਰ ਬੈਠੇ ਆ, ਪੁਲਿਸ ਮੁਲਾਜ਼ਮਾਂ ਦੇ ਸਾਰਿਆਂ ਦੇ ਆਖੇ ਲੱਗਦੇ ਆ, ਪਬਲਿਕ ਦੇ ਆ, ਪਿੰਡ ਦੇ ਸਰਪੰਚ ਆ, ਮੋਹਤਵਾਰ ਆ, ਉਹਨਾਂ ਦੇ ਬਹੁਤ ਉਹਨਾਂ ਦੇ ਨਾਲ ਸਾਡਾ ਤਾਲਮੇਲ ਹੈ, ਉਹ ਲੋਕਾਂ ਨੂੰ ਸਮਝਾ ਰਹੇ ਆ। ਕਿਤਨਾ ਕਿਤੇ ਮਜ਼ਦੂਰ ਵਰਗ ਆ ਜਿਹੜਾ ਉਹ ਭੁੱਖਾਂ ਦੀ ਮਤਲਬ ਮਰ ਰਿਹਾ, ਜਦੋਂ ਉਹਦਾ ਦਿਹਾੜੀ ਨਹੀਂ ਚੱਲ ਰਹੀ। ਹਾਂ, ਉਹ ਤਾਂ ਫਿਰ ਅਸਰ ਤਾਂ ਪੈਂਦਾ ਹੀ ਹੈ ਜੀ ਇਸ ਗੱਲ ਦਾ। ਹੁਣ ਬਹੁਤ ਠੀਕ ਆ, ਲੋਕਾਂ ਨੂੰ ਰਾਸ਼ਨ ਪਾ ਸੰਸਥਾ ਬਣ ਰਹੀ ਆ, ਗੁਰਦੁਆਰੇ ਬਣ ਰਹੇ ਆ, ਸਕੂਲਾਂ ਵਾਲੇ ਕਰ ਰਹੇ ਆ, ਹੁਣ ਤੁਹਾਡੇ ਸਾਹਮਣੇ ਆ ਸਾਰੇ ਮਹਿਕਮਾ ਡਿਪਾਰਟਮੈਂਟ ਵੀ ਲੱਗਿਆ ਹੋਇਆ। ਹਾਂਜੀ, ਮੇਰੇ ਨਾਲ ਪਿੰਡ ਦੇ ਸਰਪੰਚ ਜਿੱਥੇ ਖਾਣਾ ਵੰਡਣ ਆਏ ਉਹ ਮੌਜੂਦ ਨੇ, ਆਪਾਂ ਉਹਨਾਂ ਨਾਲ ਵੀ ਗੱਲ ਕਰ ਲੈਂਦੇ ਹਾਂ। ਕੀ ਨਾਂ ਸਰਪੰਚ ਸਾਹਿਬ? ਜਗਸੀਰ ਸਰਪੰਚ ਆ ਜੀ। ਕੀ ਕਹਿਣਾ ਚਾਹੁੰਦੇ ਤੁਸੀਂ ਅੱਜ?
ਅਸੀਂ ਵੀ ਇਹੀ ਕਹਿਣਾ ਚਾਹੁੰਦੇ ਹਾਂ ਜੀ, ਗਰੀਬ ਪਰਿਵਾਰ ਨੇ ਜਿਹੜੇ ਉਹਨਾਂ ਵਾਸਤੇ ਵਧੀਆ ਸਹਾਇਤਾ ਕਰੀ ਜਾਂਦੇ ਬਾਈ ਇਹ ਆਪਣੇ ਸਕੂਲ ਬਣੇ ਆ, ਠੀਕ ਹੈ, ਹਰੇਕ ਨੂੰ ਕਰਨੀ ਚਾਹੀਦੀ ਹੈ, ਜਿਹੜੇ ਕੋਈ ਆਪਣੇ ਬਾਹਰ ਬੈਠੇ ਆ ਉਹਨਾਂ ਨੂੰ ਵੀ ਚਾਹੀਦਾ, ਜਿਹੜੇ ਜਮਾਂ ਹੀ ਅਤੀ ਗਰੀਬ ਹੈ ਉਹਨਾਂ ਵਾਸਤੇ ਵਧੀਆ ਇਹ ਸਹਾਇਤਾ ਬਹੁਤ ਵਧੀਆ। ਕੈਪਟਨ ਸਾਹਿਬ ਨੇ ਰਾਤ 50,000 ਰੁਪਇਆ ਪਿੰਡ ਵੰਨੀਓ ਵੀ ਕਹਿ ਦਿੱਤਾ ਵੀ ਪਿੰਡ ਵੰਡ ਸਕਦੇ ਹੋ, ਤੁਸੀਂ ਕਰ ਰਹੇ ਹੋ ਕੋਈ ਨਾ? ਹਾਂ ਕਰ ਦਾਂਗੇ ਜੀ, ਅਸੀਂ ਕਰ ਦਾਂਗੇ ਪਿੰਡ ਦੇ ਵਿੱਚੋਂ। ਹਾਂ ਹਾਂ ਕਰਾਂਗੇ ਜੀ। ਵੀਰਪਾਲ ਕੌਰ, ਸਾਨੂੰ ਜਿਹਨਾਂ ਤੋਂ ਰਾਸ਼ਨ ਦਿੱਤਾ ਜਿਹਨਾਂ ਨੂੰ ਧੰਨਵਾਦ ਕਰਦੀ ਹਾਂ ਜੀ, ਸਾਡੇ ਕੋਲ ਕੰਮ ਕਰ ਚੱਲਦਾ ਨਹੀਂ ਜੀ, ਵਿਧਵਾ ਹੈਗੀ, ਕੰਮ ਵਾਲਾ ਕੋਈ ਹੈ ਨਹੀਂ। ਚੜ੍ਹਦੇ ਪੰਜਾਬ ਖਬਰਨਾਮੇ ਦੀ ਜੇ ਇਹ ਤੁਹਾਨੂੰ ਵਿਸ਼ੇਸ਼ ਰਿਪੋਰਟ ਚੰਗੀ ਲੱਗੀ ਤਾਂ ਇਹਨੂੰ ਲਾਈਕ ਕਰਕੇ ਸਬਸਕ੍ਰਾਈਬ ਕਰਕੇ ਅੱਗੇ ਸ਼ੇਅਰ ਕਰੋ। ਸੰਪਰਕ ਨੰਬਰ 94 177 55 695।